ਹੈਲੋ ਫਰੈਂਡਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਵੀਡੀਓ ਵਿੱਚ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸ਼ਬਦ ਸ਼੍ਰੇਣੀਆਂ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸ਼ਬਦ ਬਾਰੇ ਸ਼ਬਦ ਕੀ ਹੁੰਦਾ ਹੈ ਦੁਨੀਆ ਤੇ ਅੱਖਰਾਂ ਦੇ ਸਮੇਤ ਤੋਂ ਸ਼ਬਦ ਬਣਦਾ ਹੈ ਤੇ ਇਸ ਰਾਈ ਅਸੀਂ ਮਨੁੱਖ ਵਸਤੂਆਂ ਜਾਂ ਜਾਂ ਕਿਸੇ ਭਾਵਾਂ ਦਾ ਅਰਥ ਸਪਸ਼ਟ ਕਰ ਸਕਦੇ ਹਾਂ ਤਾਂ ਉਸ ਨੂੰ ਸ਼ਬਦ ਕਿਹਾ ਜਾਂਦਾ ਹੈ ਸ਼ਬਦਾਂ ਨੂੰ ਮੂਲ ਰੂਪ ਵਿੱਚ ਦੋ ਤਰ੍ਹਾਂ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਸਾਰਥਕ ਸ਼ਬਦ ਤੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਉਹ ਹੁੰਦੇ ਹਨ ਜਿਹੜਿਆਂ ਦਾ ਆਪਣੇ ਆਪ ਵਿੱਚ ਇੱਕ ਸਤੰਤਰ ਅਰਥ ਹੁੰਦਾ ਹੈ ਉਹਨਾਂ ਨੂੰ ਸਾਰਥਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਕਿ ਉਦਾਹਰਨ ਵਜੋਂ ਕੱਪੜਾ ਰੋਟੀ ਚਾਹ ਆਦਿ ਸਾਰਥਕ ਸ਼ਬਦ ਕਹਾਉਂਦੇ ਹਨ ਤੇ ਹੋਰ ਵੀ ਕਈ ਸਾਰੇ ਇਹਦੇ ਨਾਲ ਦੇ ਹਨ ਜਿਵੇਂ ਜਿਨ੍ਹਾਂ ਨੂੰ ਆਪਾਂ ਸਾਰਥਕ ਸ਼ਬਦ ਕਹਿੰਦੇ ਆ ਤੇ ਨੰਬਰ 2 ਤੇ ਸਾਡੇ ਕੋਲੇ ਆ ਜਾਂਦਾ ਹੈ ਨਿਰਾਰਥਕ ਸ਼ਬਦ ਨਿਰਾਰਥਕ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦਾ ਸਤੰਤਰ ਰੂਪ ਵਿੱਚ ਕੋਈ ਅਰਥ ਨਹੀਂ ਹੁੰਦਾ ਸਗੋਂ ਸਾਰਤਕ ਸ਼ਬਦਾਂ ਨਾਲ ਜੁੜ ਕੇ ਆਪਣਾ ਅਰਥ ਪ੍ਰਗਟ ਕਰਦੇ ਹਨ ਉਹਨਾਂ ਨੂੰ ਨਿਰਾਰਥਕ ਸ਼ਬਦ ਕਿਹਾ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਜਿਵੇਂ ਕੱਪੜਾ ਧੱਪੜਾ ਚਾ ਚੂ ਪਾਣੀ ਧਾਣੀ ਆਦਿ ਜਿਹੜੇ ਦੇ ਨਾਲ ਧੱਪੜਾ ਚਾ ਚੂ ਲੱਗਿਆ ਧਾਣੀ ਲੱਗਿਆ ਇਹਨਾਂ ਨੂੰ ਆਪਾਂ ਨਿਰਾਰਥਕ ਸ਼ਬਦ ਕਹਿੰਦੇ ਆ ਜਿਨ੍ਹਾਂ ਦਾ ਆਪਣਾ ਕੋਈ ਸੁਤੰਤਰ ਅਰਥ ਨਹੀਂ ਆ ਸਗੋਂ ਇਹ ਸਾਰਤਕ ਸ਼ਬਦਾਂ ਨਾਲ ਮਿਲ ਕੇ ਆਪਣਾ ਅਰਥ ਸਪਸ਼ਟ ਕਰ ਰਹੇ ਹਨ ਇਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੇ ਹਨ ਉਤਪਤੀ ਦੇ ਆਧਾਰ ਤੇ ਸ਼ਬਦਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਸਤੰਤਰ ਸ਼ਬਦ ਤੇ ਜੋਗਿਕ ਸ਼ਬਦ ਸਤੰਤਰ ਸ਼ਬਦਾਂ ਤੋਂ ਭਾਵ ਜਿਹੜੇ ਸਤੰਤਰ ਭਾਗਾਂਸ਼ਾਂ ਨਾਲ ਮਿਲ ਕੇ ਬਣਦੇ ਹਨ ਉਹਨਾਂ ਨੂੰ ਸਤੰਤਰ ਸ਼ਬਦ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਹੱਥ ਸਿਰ ਪੈਰ ਹਿਰਨ ਸ਼ੇਰ ਕਰ ਆਦਿਆਂ ਨੂੰ ਆਦੀ ਸ਼ਬਦਾਂ ਨੂੰ ਅਸੀਂ ਸਤੰਤਰ ਸ਼ਬਦ ਕਹਿੰਦੇ ਹਾਂ ਜੋਗਿਕ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਨੂੰ ਭਾਵਕੇ ਜੋੜਨੀ ਲਾ ਕੇ ਜਾਂ ਪਛੇਤਰ ਲਾ ਕੇ ਬਣਾਇਆ ਜਾਂਦਾ ਹੈ ਸੰਤਰ ਭਾਵਾਂਸ਼ ਇੱਕ ਹੋਰ ਸੰਤਰ ਭਾਵਾਂਸ਼ ਦੇ ਨਾਲ ਮਿਲ ਕੇ ਜੋੜ ਲਾ ਕੇ ਬਣਾਇਆ ਜਾਂਦਾ ਉਹਨਾਂ ਨੂੰ ਜੋਗਿਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਕਿ ਚੰਗ ਤੋਂ ਚੰਗੇ ਤੋਂ ਚੰਗਿਆਈ ਬਣਾਇਆ ਕੋੜ ਤੋਂ ਕੋੜੇ ਤੋਂ ਕੋੜਾ ਕੋੜ ਤੋਂ ਤੇ ਆਦਿਆਂ ਕੋੜ ਦੌੜ ਆਦਿ ਨੂੰ ਆਪਾਂ ਜੋਗਿਕ ਸ਼ਬਦ ਕਹਿੰਦੇ ਆ ਤੇ ਇਸ ਤੋਂ ਬਾਅਦ ਸ਼ਬਦਾਂ ਨੂੰ ਰਚਨਾ ਦੇ ਆਧਾਰ ਤੇ ਵੀ ਸ਼ਬਦਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਮੂਲ ਸ਼ਬਦ ਤੇ ਸਾਧਿਤ ਸ਼ਬਦ ਇਹਨਾਂ ਨੂੰ ਸਾਧਿਤ ਸ਼ਬਦਾਂ ਨੂੰ ਵਿਆਪਕਪਤ ਸ਼ਬਦ ਵੀ ਕਿਹਾ ਜਾਂਦਾ ਹੈ ਮੂਲ ਸ਼ਬਦ ਉਹ ਹੁੰਦੇ ਹਨ ਜਿਹੜੇ ਸੁਤੰਤਰ ਭਾਵਾਂਸ਼ਾਂ ਤੇ ਮੂਲ ਜੁੜਵੇਂ ਭਾਵਾਂਸ਼ਾਂ ਦੇ ਰੂਪ ਵਿੱਚ ਹੁੰਦੇ ਹਨ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਘਰ ਹੱਥ ਪੈਰ ਸਿਰ ਸੱਪ ਮੋਰ ਸੁੰਦਰ ਤੇਜ ਆਦਿ ਅਨੁਸਾਰ ਹੀ ਮੂਲ ਸ਼ਬਦ ਕਹਿੰਦੇ ਆ ਇਹਨਾਂ ਨੂੰ ਉਸੇ ਸਤੰਤਰ ਸ਼ਬਦਾਂ ਦੀ ਤਰ੍ਹਾਂ ਹੀ ਇਹਨਾਂ ਨੂੰ ਆਪਾਂ ਪਰਿਭਾਸ਼ਿਤ ਕਰ ਸਕਦੇ ਆ ਤੇ ਸਾਧਿਤ ਵਿਅੰਤਪਤ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਨੂੰ ਅਗੇਤਰ ਪਿਸ਼ੇਤਰ ਲਾ ਕੇ ਬਣਾਏ ਜਾਂਦੇ ਹਨ ਜਿਵੇਂ ਘਰ ਤੋਂ ਘਰੇਲੂ ਬੇ ਘਰ ਤੋਂ ਬੇਕਾਰ ਵੀ ਬਣ ਜਾਂਦਾ ਹੈ ਹੱਥ ਤੋਂ ਹੱਥਲਾ ਸੱਪਣੀ ਮੋਰਨੀ ਨਾਗਣੀ ਠਗਣੀ ਸੁੰਦਰਤਾ ਆਦਿਆਂ ਨੂੰ ਅਸੀਂ ਅੱਗੇ ਸ਼ਬਦਾਂ ਨੂੰ ਅਸੀਂ ਵਿਅੰਤਪਤ ਸ਼ਬਦ ਕਹਿੰਦੇ ਆ ਇਸੇ ਤਰ੍ਹਾਂ ਇਹ ਸ਼ਬਦਾਂ ਨੂੰ ਰੂਪ ਦੇ ਆਧਾਰ ਤੇ ਵੀ ਦੋ ਭਾਗਾਂ ਵਿੱਚ ਵੰਡਿਆ ਹੈ ਨੰਬਰ 1 ਵਿਕਾਰੀ ਸ਼ਬਦ ਨੰਬਰ 2 ਅਵਕਾਰੀ ਸ਼ਬਦ ਵਿਕਾਰੀ ਸ਼ਬਦ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਵਿੱਚ ਲਿੰਗ ਵਚਨ ਕਾਰਕ ਜਾਂ ਪੁਰਖ ਦੇ ਕਾਲ ਰੂਪਾਂਤਰਿਤ ਕਾਰਨ ਕੋਈ ਪਰਿਵਰਤਨ ਆਉਂਦਾ ਹੈ ਤਾਂ ਉਹਨਾਂ ਨੂੰ ਆਪਾਂ ਵਿਕਾਰੀ ਸ਼ਬਦ ਕਹਿ ਦਿੰਦੇ ਹਾਂ ਜਿਵੇਂ ਘਰ ਸ਼ਬਦ ਤੋਂ ਘਰਾ ਘਰੇ ਕਰੋ ਕਰੀ ਆਦਿ ਸ਼ਬਦ ਬਣਦੇ ਹਨ ਤਾਂ ਇਹਨਾਂ ਨੂੰ ਆਪਾਂ ਇਨਾਂ ਦੀ ਸ਼ਬਦਾਵਲੀ ਵਿੱਚ ਪਰਿਵਰਤਨ ਆਇਆ ਤਾਂ ਸਾਰਿਆਂ ਨੂੰ ਆਪਾਂ ਵਿਕਾਰੀ ਸ਼ਬਦ ਕਹਨੇ ਆ ਅੱਗੇ ਆ ਜਾਂਦੇ ਹਨ ਅਵਿਕਾਰੀ ਸ਼ਬਦ ਅਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਲਿੰਗ ਵਚਨ ਕਾਰਕ ਪੁਰਖ ਨਾਲ ਕਾਲ ਕਰਕੇ ਕੋਈ ਵੀ ਪਰਿਵਰਤਨ ਨਹੀਂ ਆਉਂਦਾ ਉਹਨਾਂ ਸਾਰਿਆਂ ਨੂੰ ਆਪਾਂ ਅਵਿਕਾਰੀ ਸ਼ਬਦ ਕਹਨੇ ਆ ਜਿਵੇਂ ਕਿ ਨੇ ਨਹੀਂ ਸ਼ਾਬਾਸ਼ ਜੋ ਆਦ ਇਹ ਸਾਰੇ ਅਵਿਕਾਰੀ ਸ਼ਬਦ ਕਹਾਉਂਦੇ ਹਨ ਕਿਉਂਕਿ ਇਨ੍ਹਾਂ ਵਿੱਚ ਕਿਸੇ ਲਿੰਗ ਵਚਨ ਕਾਰਕ ਕਰਕੇ ਕੋਈ ਰੂਪਾਂਤਰੀ ਪਰਿਵਰਤਨ ਨਹੀਂ ਆਉਂਦਾ ਇਹ ਸਾਰੇ ਇਹ ਸਾਰੇ ਸ਼ਬਦ ਅਵਿਕਾਰੀ ਸ਼ਬਦ ਕਹਾਉਂਦੇ ਹਨ ਇਸ ਤੋਂ ਬਾਅਦ ਅਰਥਾਂ ਦੇ ਆਧਾਰ ਤੇ ਸ਼ਬਦਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਕਿ ਸਮਾਨਾਰਥੀ ਸ਼ਬਦ ਵਿਰੋਧਾਰਥੀ ਸ਼ਬਦ ਅਤੇ ਨੰਬਰ 3 ਬਹੁਾਰਥੀ ਸ਼ਬਦ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਸੌਰੀ ਮੈਂ ਪਹਿਲਾਂ ਗਲਤ ਕਹਿ ਗਿਆ ਸੀ ਤੇ ਸਮਾਨਾਰਥੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਅਰਥ ਇੱਕੋ ਜਿਹੇ ਹੁੰਦੇ ਹਨ ਜਿਵੇਂ ਚੰਗਾ, ਅੱਛਾ, ਵਧੀਆ, ਖਰਾ, ਟੁਕਮਾ ਆਦਿ ਇਹਨਾਂ ਸਾਰਿਆਂ ਸ਼ਬਦਾਂ ਦੇ ਅਰਥ ਇੱਕੋ ਇੱਕੋ ਹੀ ਹਨ ਪਰ ਸ਼ਬਦ ਅਲੱਗ-ਅਲੱਗ ਹਨ ਦੇ ਵਿਰੋਧਾਰਥੀ ਸ਼ਬਦ ਉਹ ਹੁੰਦੇ ਹਨ ਜਿਵੇਂ ਕਿ ਪਸ਼ੂ ਜਗਤ, ਬਨਸਪਤੀ ਜਗਤ ਇਸ ਦੇ ਵਿੱਚ ਆਪਾਂ ਸਾਰੇ ਪਸ਼ੂ ਆਉਰੇ ਨਹੀਂ ਦੱਸਿਆ ਜਗਤ ਦੀ ਗੱਲ ਕੀਤੀ ਹੈ ਬਨਸਪਤੀ ਜਗਤ ਬਨਸਪਤੀਆਂ ਆਉਰੇ ਨਹੀਂ ਦੱਸਿਆ ਸਾਕਾ ਆਦਿ ਲਈ ਵਰਤੇ ਜਾਣ ਵਾਲੇ ਸ਼ਬਦ ਵਿਰੋਧਾਰਥੀ ਸ਼ਬਦ ਕਹਾਉਂਦੇ ਹਨ ਜਿਵੇਂ ਕਿ ਪਸ਼ੂ ਮੱਝ, ਗਾਂ, ਕੁੱਤਾ, ਪੇੜ, ਬੱਕਰੀ ਆਦਿ ਕੁਝ ਵੀ ਹੋ ਸਕਦਾ ਤੇ ਉਸ ਤਰ੍ਹਾਂ ਇਹਨਾਂ ਨੂੰ ਵਿਰੋਧਾਰਥੀ ਸ਼ਬਦ ਕਿਹਾ ਜਾਂਦਾ ਹੈ ਤੇ ਬਹੁਾਰਥੀ ਸ਼ਬਦ ਬਹੁਾਰਥੀ ਸ਼ਬਦ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਇੱਕ ਸ਼ਬਦ ਦੇ ਹੀ ਕਈ ਕਈ ਅਰਥ ਨਿਕਲਦੇ ਹਨ ਜਿਵੇਂ ਕਿ ਡੰਗ ਇੱਕ ਤਾਂ ਹੁੰਦਾ ਡੰਗਣਾ ਸੱਪ ਦਾ ਡੰਗਣਾ ਅਤੇ ਇੱਕ ਹੁੰਦਾ ਵਕਤ ਇੱਕ ਜਿਵੇਂ ਵੀ ਇੱਕ ਡੰਗ ਦੀ ਰੋਟੀ ਜਾਂ ਹੋਰ ਇਸ ਨੂੰ ਆਪਾਂ ਇਸ ਦੇ ਵੀ ਦੋ ਅਰਥ ਅਰਥ ਨਿਕਲਦੇ ਹਨ ਅਤੇ ਇਹੋ ਜੇ ਸ਼ਬਦਾਂ ਨੂੰ ਆਪਾਂ ਬਹੁਾਰਥੀ ਸ਼ਬਦ ਕਹਿੰਦੇ ਆ ਜਿਹਦੇ ਜਿਸ ਸ਼ਬਦ ਦੇ ਦੋ ਦੋ ਅਰਥ ਜਾਂ ਇਸ ਤੋਂ ਵੀ ਜ਼ਿਆਦਾ ਅਰਥ ਨਿਕਲਦੇ ਹੋਣ ਤਾਂ ਉਹਨਾਂ ਨੂੰ ਆਪਾਂ ਬਹੁਾਰਥੀ ਬਹੁਾਰਥੀ ਸ਼ਬਦ ਕਹਿ ਜਾਂਦੇ ਆ ਤੇ ਇਸ ਤੋਂ ਬਾਅਦ ਸ਼ਬਦਾਂ ਨੂੰ ਵਿਆਕਰਨ ਦੀ ਦ੍ਰਿਸ਼ਟੀ ਤੋਂ ਅੱਠ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਨੰਬਰ 1 ਨਾਮ ਨੰਬਰ 2 ਪੜਨਾਮ ਨੰਬਰ 3 ਵਿਸ਼ੇਸ਼ਣ ਨੰਬਰ 4 ਕਿਰਿਆ ਨੰਬਰ 5 ਕਿਰਿਆ ਵਿਸ਼ੇਸ਼ਣ ਨੰਬਰ 6 ਸੰਬੰਧਕ ਨੰਬਰ 7 ਜੋਜਕ ਨੰਬਰ 8 ਵਿਸਮਿਕ ਇਹ ਅੱਠ ਭਾਗ ਵਿਆਕਰਨ ਵਿਆਕਰਣੀ ਦ੍ਰਿਸ਼ਟੀ ਤੋਂ ਸ਼ਬਦਾਂ ਨੂੰ ਦਿੱਤੇ ਗਏ ਹਨ ਇਹਨਾਂ ਸਾਰੇ ਆਭਾਗਾਂ ਦੀ ਆਪਾਂ ਚਰਚਾ ਅਗਲੇ ਭਾਗਾਂ ਵਿੱਚ ਵੇਖਾਂਗੇ ਫਿਰ ਇਹਨਾਂ ਬਾਰੇ ਵਿਸਥਾਰ ਸਹਿਤ ਆਪਾਂ ਸਾਰੇ 8 ਦੀ 8 ਭਾਗ 8 ਭਾਗਾਂ ਬਾਰੇ ਆਪਾਂ ਨੈਕਸਟ ਵੀਡੀਓ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਸ਼ਬਦ ਸ਼੍ਰੈਣੀਆਂ ਬਾਰੇ ਬਹੁਤ ਪਤਾ ਲੱਗਿਆ ਹੋਵੇਗਾ ਇਸ ਵੀਡੀਓ ਤੋਂ ਅਜੇ ਤੁਹਾਡੇ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨਾ ਅੱਗੇ ਸ਼ੇਅਰ ਕਰਨਾ ਜੇ ਤੁਹਾਨੂੰ ਚੰਗੀ ਲੱਗੀ ਆ ਤਾਂ ਨਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਨਵੀਆਂ ਤੋਂ ਨਵੀਆਂ ਵੀਡੀਓਜ਼ ਦੇਖਣ ਲਈ ਸਟਡੀ ਰਿਲੇਟਡ ਵੀਡੀਓਜ਼ ਦੇਖਣ ਲਈ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ